ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਬੱਚਿਓ, ਸਾਡਾ ਸਵਾਲ ਹੈ ਵਿਚ ਆਫ ਦ ਫੋਲੋਇੰਗ ਵੈਲਿਊਜ਼ ਆਫ ਐਲਫਾ ਸੈਟਿਸਫਾਈਂਗ ਦ ਇਕੁਏਸ਼ਨ 1 ਪਲੱਸ ਐਲਫਾ ਸਕੁਆਇਰ 1 ਪਲੱਸ 2 ਐਲਫਾ ਸਕੁਆਇਰ 1 ਪਲੱਸ 3 ਐਲਫਾ ਸਕੁਆਇਰ 2 ਪਲੱਸ ਐਲਫਾ ਸਕੁਆਇਰ 2 ਪਲੱਸ 2 ਐਲਫਾ ਸਕੁਆਇਰ 2 ਪਲੱਸ 3 ਐਲਫਾ ਸਕੁਆਇਰ 3 ਪਲੱਸ ਐਲਫਾ ਸਕੁਆਇਰ 3 ਪਲੱਸ 2 ਐਲਫਾ ਸਕੁਆਇਰ 3 ਪਲੱਸ 3 ਐਲਫਾ ਸਕੁਆਇਰ ਇਜ਼ ਇਕੁਅਲ ਟੂ ਮਾਈਨਸ 640 48 ਐਲਫਾ। ਹੁਣ ਜਿਹੜਾ ਸਾਨੂੰ ਇਹ ਡਿਟਰਮੀਨੈਂਟ ਦੇ ਰੱਖਿਆ ਹੈ, ਅਸੀਂ ਇਹਦੇ ਵਿੱਚ ਆਪਰੇਸ਼ਨ ਲਾ ਲੈਂਦੇ ਹਾਂ। ਸੀ 3 ਵਿੱਚ ਅਸੀਂ ਲਾਵਾਂਗੇ ਸੀ 3 ਮਾਈਨਸ ਸੀ 2 ਤੇ ਸੀ 2 ਵਿੱਚ ਅਸੀਂ ਲਾ ਲੈਂਦੇ ਹਾਂ ਸੀ 2 ਮਾਈਨਸ ਸੀ 1। ਤਾਂ ਸਾਡੇ ਕੋਲ ਇਹ ਆਪਰੇਸ਼ਨ ਲਾਉਣ ਤੋਂ ਬਾਅਦ ਵੈਲਿਊ ਕੀ ਆ ਜਾਏਗੀ? ਸਾਡੀ ਵੈਲਿਊ ਬਣ ਜਾਏਗੀ ਡਿਟਰਮੀਨੈਂਟ 1 ਪਲੱਸ ਐਲਫਾ ਦਾ ਹੋਲ ਸਕੁਆਇਰ 2 ਪਲੱਸ ਐਲਫਾ ਦਾ ਹੋਲ ਸਕੁਆਇਰ 3 ਪਲੱਸ ਐਲਫਾ ਦਾ ਹੋਲ ਸਕੁਆਇਰ। ਤੇ ਹੁਣ ਕਾਲਮ 2 ਵਿੱਚ ਕੀ ਬਣ ਜਾਏਗਾ ਸਾਡਾ? 2 ਪਲੱਸ 3 ਐਲਫਾ, 4 ਪਲੱਸ 3 ਐਲਫਾ, 6 ਪਲੱਸ 3 ਐਲਫਾ, 2 ਪਲੱਸ 5 ਐਲਫਾ, 4 ਪਲੱਸ 5 ਐਲਫਾ, 6 ਪਲੱਸ 5 ਐਲਫਾ। ਇਸ ਪੂਰੇ ਦੇ ਬਾਅਦ ਸਾਡਾ ਐਲਫਾ ਵੀ ਕਾਮਨ ਆਏਗਾ ਇਸ ਤੋਂ, ਤੇ ਇਜ਼ ਇਕੁਅਲ ਟੂ ਵਿੱਚ ਹੈ ਸਾਡਾ ਮਾਈਨਸ 648 ਐਲਫਾ। ਹੁਣ ਅਸੀਂ ਨੈਕਸਟ ਆਪਰੇਸ਼ਨ ਲਾ ਲੈਂਦੇ ਹਾਂ ਸੀ 3 ਤੇ ਸੀ 3 ਮਾਈਨਸ ਸੀ 2 ਅਗੇਨ। ਤੇ ਹੁਣ ਸਾਡੇ ਕੋਲ ਕੀ ਆ ਜਾਏਗਾ? ਹੁਣ ਸਾਡਾ ਇਹ ਬਣ ਜਾਏਗਾ ਐਲਫਾ ਇੰਟੂ, ਹੁਣ ਫਸਟ ਕਾਲਮ ਤੇ ਸੈਕਿੰਡ ਕਾਲਮ ਸਾਡਾ ਸੇਮ ਰਹਿਣਾ, 1 ਪਲੱਸ ਐਲਫਾ ਸਕੁਆਇਰ, 2 ਪਲੱਸ ਐਲਫਾ ਸਕੁਆਇਰ, 3 ਪਲੱਸ ਐਲਫਾ ਦਾ ਹੋਲ ਸਕੁਆਇਰ, ਤੇ ਇਹ ਵੀ ਸੇਮ ਰਹੇਗਾ 2 ਪਲੱਸ 3 ਐਲਫਾ, 4 ਪਲੱਸ 3 ਐਲਫਾ, 6 ਪਲੱਸ 3 ਐਲਫਾ, ਤੇ ਇੱਥੇ ਸਾਡਾ ਆ ਜਾਏਗਾ 2 ਐਲਫਾ, ਇੱਥੇ ਵੀ ਆ ਜਾਏਗਾ 2 ਐਲਫਾ, ਤੇ ਇੱਥੇ ਵੀ ਆ ਗਿਆ ਸਾਡਾ 2 ਐਲਫਾ ਇਜ਼ ਇਕੁਅਲ ਟੂ ਮਾਈਨਸ 648 ਐਲਫਾ। ਹੁਣ ਅਸੀਂ 2 ਐਲਫਾ ਜਿਹੜਾ ਹੈ ਉਹ ਰੋ 3 ਵਿੱਚੋਂ ਕਾਮਨ ਆ ਰਿਹਾ ਹੈ, ਤੇ ਬਾਹਰ ਕੀ ਹੋ ਜਾਏਗਾ ਸਾਡਾ 2 ਐਲਫਾ ਸਕੁਆਇਰ ਇੰਟੂ, ਇਹ ਹੋ ਜਾਏਗਾ 1 ਪਲੱਸ ਐਲਫਾ ਸਕੁਆਇਰ, 2 ਪਲੱਸ ਐਲਫਾ ਸਕੁਆਇਰ, 3 ਪਲੱਸ ਐਲਫਾ ਸਕੁਆਇਰ, 2 ਪਲੱਸ 3 ਐਲਫਾ, 4 ਪਲੱਸ 3 ਐਲਫਾ, 6 ਪਲੱਸ 3 ਐਲਫਾ, ਤੇ ਇੱਥੇ ਆ ਗਿਆ ਸਾਡਾ 111 ਇਜ਼ ਇਕੁਅਲ ਟੂ ਮਾਈਨਸ 648 ਐਲਫਾ। ਹੁਣ ਅਸੀਂ ਰੋਜ਼ ਵਿੱਚ ਆਪਰੇਸ਼ਨ ਲਾ ਲੈਂਦੇ ਹਾਂ। ਆਰ 1 ਵਿੱਚ ਸਾਡਾ ਹੋ ਜਾਏਗਾ ਆਰ 1 ਮਾਈਨਸ ਆਰ 2 ਤੇ ਆਰ 2 ਵਿੱਚ ਸਾਡਾ ਹੋ ਜਾਏਗਾ ਆਰ 2 ਮਾਈਨਸ ਆਰ 3। ਸਾਡੇ ਕੋਲ ਕੀ ਆ ਜਾਏਗਾ? ਬਾਹਰ ਸਾਡਾ 2 ਐਲਫਾ ਸਕੁਆਇਰ ਇੰਟੂ 1 ਪਲੱਸ ਐਲਫਾ ਸਕੁਆਇਰ 2 ਪਲੱਸ 3 ਐਲਫਾ, ਤੇ ਹੋ ਗਿਆ ਸਾਡਾ 0। ਇੱਥੇ ਵੀ ਕੀ ਹੈ? 2 ਪਲੱਸ ਐਲਫਾ ਦਾ ਹੋਲ ਸਕੁਆਇਰ, 4 ਪਲੱਸ 3 ਐਲਫਾ, 0, 3 ਪਲੱਸ ਐਲਫਾ ਦਾ ਹੋਲ ਸਕੁਆਇਰ, 6 ਪਲੱਸ 3 ਐਲਫਾ ਇੰਟੂ 1 ਇਜ਼ ਇਕੁਅਲ ਟੂ ਮਾਈਨਸ 648 ਐਲਫਾ। ਹੁਣ ਇੱਥੇ ਅਸੀਂ ਇਹਨੂੰ ਅਗਰ ਸੋਲਵ ਕਰੀਏ ਤੇ ਸਾਡੇ ਕੋਲ ਕੀ ਵੈਲਿਊ ਆ ਜਾਏਗੀ?
माइनस 8 अल्फा क्यूब इज इक्वल टू माइनस 648 अल्फा है ना। वैल्यूज नू असी एक तरफ कर लेने आ ते साडे कोल की बन जाएगा 8 अल्फा क्यूब माइनस 648 अल्फा इज इक्वल टू 0। ते इथों साडे कोल वैल्यू की आ जाएगी अल्फा दी प्लस माइनस 9। हुण असी अपने ऑप्शंस देख लेने आ। प्लस माइनस 9 आया साडा आंसर, एदा मतलब है साडा बी ते सी दोनों ऑप्शंस करेक्ट होंगे। थैंक यू।